2500 ਬੰਦਾ ਸਿਕਿਉਰਿਟੀ ਦਾ ਸਾਡੇ ਪਿੰਡ ਵਿਚ ਲਿਆ ਕੇ ਵਾੜਤਾ। ਸਾਡਾ ਕੋਈ ਦੁੱਧ ਵਾਲਾ ਨਹੀਂ ਪਿੰਡ ਦੇ ਵਿੱਚੋਂ ਆ ਸਕਦਾ, ਸਾਡਾ ਕੋਈ ਮਿਲਣ ਵਾਲਾ ਨਹੀਂ ਆ ਸਕਦਾ, ਸਾਡਾ ਕੋਈ ਰਿਸ਼ਤੇਦਾਰ ਨਹੀਂ ਆ ਸਕਦਾ। 10-10 ਕਿਲੋਮੀਟਰ ਤੇ ਸਿਕਿਉਰਿਟੀ ਲਾਤੀ। ਵੀਰ ਜੀ ਤੁਸੀਂ ਮੁਸੇ ਨਹੀਂ ਇਸ ਪਿੰਡ? ਮੈਂ ਇਸ ਪਿੰਡ ਦਾ, ਇਸ ਪਰਿਵਾਰ ਦਾ ਨਜ਼ਦੀਕੀ ਆ, ਇੱਥੇ ਰਹਿਣਾ ਮੈਂ ਸਾਰਾ ਦਿਨ। ਸਿਕਿਉਰਿਟੀ ਜਿਹੜੀ ਉਹ ਵਾਪਸ ਚਲੀ ਗਈ ਹੈ? ਅਸੀਂ ਸਿਕਿਉਰਿਟੀ ਵਾਪਸ ਭੇਜਦੀ ਆ ਜੀ, ਸਪਸ਼ਟ ਕਹਿੰਦਾ ਵੀ ਅਸੀਂ ਸੀਐਮ ਨੂੰ ਨਹੀਂ ਮਿਲਣਾ। ਅੱਜ ਇੱਥੇ ਤੁਸੀਂ ਖੜੇ ਹੋਗੇ, ਮਨ ਵੀ ਦੁਖੀ ਹੈਗਾ, ਕੀੜਾ ਚਲਾ ਗਿਆ ਮਾਨਸਿਕ ਸਾਡਾ ਮੁੰਡਾ ਮਰਵਾਤਾ ਇਹਨਾਂ ਨੇ। ਅਜੇ ਆਪਦੇ ਵਾਸਤੇ ਇੰਨੀ ਸਿਕਿਉਰਿਟੀ ਲੈ ਕੇ ਆਉਂਦੇ ਨੇ, ਤਲਵੰਡੀ ਬੰਦ ਕੀਤੀ ਹੈ, ਮਾਨਸਾ ਬੰਦ ਕੀਤੀ ਪਈ ਹੈ, ਭਗਵੰਤ ਮਾਨ ਨੀ ਕੀਤੀ, ਹੋਰ ਕਿਹਨੇ ਕੀਤੀ ਹੈ? ਸੀਐਮ ਨੇ ਆਉਣਾ ਅੱਜ, ਭਗਵੰਤ ਮਾਨ ਨੇ। ਅਸੀਂ ਪੜਨ ਨੀ ਦਿੰਦੇ, ਸਾਰਾ ਪਿੰਡ ਇੱਥੇ ਹੀ ਖੜਾ ਸੀ, ਅਸੀਂ ਪੜਨ ਮਰਵਾਈ ਉਹਨਾਂ ਨੇ, ਸਰਕਾਰਾਂ ਨੇ। ਬਸ ਬਈ ਓਕੇ, ਹੁਣ ਲਫ਼ਜ਼ ਨਿਕਲਦਾ ਨੀ ਯਾਰ, ਮਨ ਖਰਾਬ ਨੇ ਆਪਦੇ। ਕੋਈ ਆਮ ਬੰਦਾ ਇੰਨੀ ਸਿਕਿਉਰਿਟੀ ਲਾ ਕੇ ਨਾ ਕਿਵੇਂ ਦੀ ਕਰ ਗਈ ਹੈ? ਭਗਵੰਤ ਮਾਨ ਨੇ ਹੁਣ ਅਸੀਂ ਵੜਨ ਨਹੀਂ ਦਿੰਦੇ। ਸੁਣੋ, ਨਾ ਸਾਡੀ ਪ੍ਰਸ਼ਾਸਨ ਨਾਲ ਨਾਰਾਜ਼ਗੀ ਹੈ, ਨਾ ਸਾਡੀ ਪਿੰਡ ਵਾਲਿਆਂ ਨਾਲ ਨਾਰਾਜ਼ਗੀ ਹੈ, ਸਾਡੀ ਕਿਸੇ ਨਾਲ ਨਾਰਾਜ਼ਗੀ ਨਹੀਂ। ਗਲਤ ਫਹਿਮੀ ਹੈ ਹੋਰ ਕੁਝ ਨਹੀਂ, ਜਿਹੜੇ ਰਿਸ਼ਤੇਦਾਰ ਕਹਿ ਰਹੇ ਰਿਸ਼ਤੇਦਾਰ ਗਲਤ ਨੇ, ਲੇਕਿਨ ਸਰ ਜਿਹੜੇ ਪਿੰਡ ਵਾਲੇ ਗਲਤ ਨੇ, ਗਲਤ ਕੌਣ ਗਲਤ ਹੈ? ਫਿਰ ਜੀ ਨਾਲ ਖੜਦੇ ਰਹੇ, ਅੱਜ ਉਹਨਾਂ ਨੂੰ ਅੰਦਰ ਨਹੀਂ ਆਣ ਦਿੱਤਾ ਜਾ ਰਿਹਾ, ਇਹ ਕਿਉਂ? ਨਹੀਂ, ਕੋਈ ਨਹੀਂ ਰੋਕਦਾ ਹੈ, ਰਿਸ਼ਤੇਦਾਰ ਝੂਠ ਬੋਲ, ਕੋਈ ਨਹੀਂ ਰੋਕਦਾ, ਮਾਈਕ ਨਹੀਂ ਸੁਣੀ, ਰਿਸ਼ਤੇਦਾਰ ਨੇ ਸਾਡੇ ਵੀ। ਫਿਰ ਝੂਠ ਕੌਣ ਬੋਲਿਆ? ਫਿਰ ਰਿਸ਼ਤੇਦਾਰ ਪਿੰਡ ਵਾਸੀ ਝੂਠ ਬੋਲ ਰਹੇ ਨੇ ਜੀ, ਸਾਡੇ ਵੀ ਆਪਣੇ ਪਿੰਡ ਵਾਸੀ ਝੂਠ ਬੋਲ ਰਹੇ ਨੇ, ਰਿਸ਼ਤੇਦਾਰ ਝੂਠ ਬੋਲ ਰਹੇ ਨੇ ਜੀ। ਉਹ ਕਹਿੰਦੇ ਗ੍ਰੰਥੀ ਸਿੰਘ ਨੂੰ ਵੀ ਨਹੀਂ ਆਉਣ ਦਿੱਤਾ ਗਿਆ, ਗ੍ਰੰਥਾਂ ਦਾ ਪਾਠ ਸ਼ੁਰੂ ਨਹੀਂ ਕਰਵਾਇਆ ਗਿਆ, ਉਹਨਾਂ ਦੀ ਮਹਾਰਾਜ ਉਹਨਾਂ ਦਾ ਮਹਾਰਾਜ ਦਾ ਪ੍ਰਕਾਸ਼ ਕਰਨ ਉਹਨਾਂ ਨੂੰ ਨਹੀਂ ਆਉਣ ਦਿੱਤਾ ਗਿਆ ਜੀ। ਨਹੀਂ ਸੈਂਟ ਤੁਸੀਂ ਕਹਿ ਰਹੇ ਸੀ ਕੀ ਕਹਿ ਰਹੇ? ਮੈਂ ਕਿਹਾ ਜੇ ਮੇਰੇ ਤੋਂ ਸਾਈਡ ਨਹੀਂ ਨਹੀਂ ਲਾਈਵ ਚੱਲਦਾ, ਤੁਸੀਂ ਕਿਹਾ ਸੀ ਨਾ ਟੈਸਟ ਲੈਣ ਦੇ।